लो जी मित्रों, सारे वीरां नूं प्यार भरी सत श्री अकाल, वाहिगुरु जी का खालसा, वाहिगुरु जी की फतेह। सो दोस्तों, अज मैं पहुंचिया धन धन बाबा बिधी चंद जी दे दल खालसा कोले, ते मेरे नाल बाबा जी ने गे। ज्यादे जानकारी आपां इन्हां नूं लवांगे, पर उदू पहलां तुहानूं दसदा भी सिंघां ने जिहड़ा रगड़ा है ये तैयार हो गया। 26 जनवरी वाले दिन इसे रगड़े ने उत्थे ਭਾਜੜਾਂ ਪਾਈਆਂ ਸੀ ਕਿ ਨਹੀਂ ਬਾਬਾ ਜੀ? ਅਤੇ ਬਾਬਾ ਬਾਈ ਆ ਜਾਵੇ ਇੱਧਰ ਜੀ। ਅਤੇ ਬਾਬਾ ਜੀ, ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਬਾਬਾ ਜੀ, ਧੰਨ ਭਾਗ ਨੇ ਮੇਰੇ ਜਿਹੜੇ ਤੁਹਾਡੇ ਦਰਸ਼ਨ ਹੋ ਗਏ। ਮੈਂ ਰੋਡ ਤੋਂ ਲੰਘਿਆ ਜਾਂਦਾ ਸੀ ਪਟਿਆਲਾ ਹੋ ਕੇ ਸੰਗਰੂਰ ਬਰਨਾਲਾ ਹੋਣ ਨੂੰ, ਅਤੇ ਜਦੋਂ ਮੈਂ ਦੇਖਿਆ ਵੀ ਸਿੰਘਾਂ ਦੇ ਜਾਨਵਰ ਫਿਰਦੇ ਆ ਗਏ ਘੋੜੇ, ਅਤੇ ਪਰਮਾਤਮਾ ਨੇ ਮੈਨੂੰ ਉਹ ਕਰਤਾ। ਅਤੇ ਬਾਬਾ ਜੀ, ਤੁਸੀਂ ਮੈਨੂੰ ਜਾਣਕਾਰੀ ਦਿਓ ਅਤੇ ਆਪਣੇ ਬਾਰੇ, ਅਤੇ ਵੀ ਇਹ ਘੋੜੇ ਨੇ ਵੀ ਕਿਹੜਾ ਦਾਣਾ ਹੈ ਜੀ, ਸਾਰਾ ਦੱਸੋ ਜੀ। ਇਹ ਦਲ ਪੰਥ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਵਰੋਂ ਸਾਹਿਬ ਦਲ ਬਾਬਾ ਬਿਧੀ ਚੰਦ ਸਾਹਿਬ। ਠੀਕ ਹੈ ਜੀ। ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਵਰੋਂ ਸਾਹਿਬ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਇਹ ਸੰਪਰਦਾ ਚੱਲਦੀ ਆ ਰਹੀ ਹੈ। ਠੀਕ ਹੈ ਜੀ। ਇਸ ਵੇਲੇ ਹਾਂਜੀ ਬਾਬਾ ਅਵਤਾਰ ਸਿੰਘ ਜੀ 12ਵੇਂ ਜਾਣਸ਼ੀਨ ਹਨ। ਠੀਕ ਹੈ। ਇਹ ਦਲ ਪੰਥ ਬਾਬਾ ਬਿਧੀ ਚੰਦ ਸੰਪਰਦਾ ਦੇ ਨਾਂ 'ਤੇ ਚੱਲਦਾ ਹੈ। ਠੀਕ ਹੈ ਜੀ, ਹਾਂਜੀ ਬਿਲਕੁਲ ਜੀ। ਅਤੇ ਬਾਬਾ ਇੰਨਾ ਕੁ ਰੱਖ ਦੇਗੇ ਮੇਰੇ ਵਾਸਤੇ ਟੈਸਟ ਕਰ? ਠੀਕ ਹੈ ਜੀ। ਅਤੇ ਠੀਕ ਹੈ ਬਾਬਾ ਜੀ। ਅਤੇ ਹੁਣ ਬਾਬਾ ਅਵਤਾਰ ਸਿੰਘ ਜੀ ਮੇਨ ਮੁਖੀ ਨੇਗੇ, 12ਵੀਂ ਪੀੜ੍ਹੀ ਦੇ? ਠੀਕ ਹੈ ਠੀਕ ਹੈ ਜੀ। ਬਾਬਾ ਜੀ, ਵੈਸੇ ਆਪਣਾ ਵੱਡਾ ਪੱਕਾ ਟਿਕਾਣਾ ਕਿੱਥੇ ਆ ਜੀ? ਇਹ ਜੇ ਚੱਕਰ ਵਰਤੇ ਰਹਿੰਦਾ ਜੇ ਦਲ ਪੰਥ। ਠੀਕ ਹੈ ਜੀ। ਅਤੇ ਹੈੱਡਕੁਆਰਟਰ ਜਿਹੜਾ ਵਾ ਉਹ ਸੁਰ ਸਿੰਘ। ਸੁਰ ਸਿੰਘ ਵਾਲਾ? ਸੁਰ ਸਿੰਘ। ਸੁਰ ਸਿੰਘ ਕਿਹੜੇ ਜ਼ਿਲ੍ਹੇ 'ਚ ਆ ਜੀ ਇਹ? ਇਹ ਤਰਨ ਤਾਰਨ ਜ਼ਿਲ੍ਹਾ ਜੀ। ਅੱਛਾ, ਤਰਨ ਤਾਰਨ ਦੇ ਵਿੱਚ ਜੀ। ਅੱਜ ਜਿਹੜਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਬੱਚਿਆਂ ਦੇ ਸ਼ਹੀਦੀ ਦਿਵਸ 'ਤੇ ਨਗਰ ਕੀਰਤਨ ਨਿਕਲਿਆ ਸੀ, ਉਹਦੇ ਵਿੱਚ ਵੀ ਦੋਨੋਂ ਘੋੜੇ ਸੀ ਜਿਹੜੇ ਨੋਕਰਾਂ ਅਤੇ ਮਾਰਵਾੜੀ ਉਹ ਪੂਰਾ ਦਲ ਪੰਥ ਹਾਥੀਆਂ ਨਗਾਰਿਆਂ ਸਮੇਤ ਜਿਹੜਾ ਵਾ ਉਹ ਸ਼ਾਮਿਲ ਹੋਇਆ। ਪਾਤਸ਼ਾਹ ਆਪ ਗਏ ਆ, ਉਹਨਾਂ ਦੇ ਪ੍ਰਚੰਡ ਬਾਬਾ ਚਰਨਜੀਤ ਸਿੰਘ ਹੋਣੀ ਉਹ ਵੀ ਇਸ ਨਗਰ ਕੀਰਤਨ ਦੇ ਸ਼ਾਮਿਲ ਹੈ ਜੀ। ਠੀਕ ਹੈ ਜੀ। ਅਤੇ ਬਾਬਾ ਜੀ, ਮੈਨੂੰ ਜਿਹੜਾ ਆਪਾਂ ਰਗੜੇ ਦੀ ਗੱਲ ਕਰਦੇ ਹਾਂ ਹੈ ਨਾ, ਅਤੇ ਇੰਨਾ ਕੁ ਮੈਂ ਵੀ ਛਕੂੰਗਾ, ਜ਼ਿਆਦਾ ਉਹ ਨਹੀਂ ਹੁੰਦਾ, ਮੈਨੂੰ ਐਂ ਵੀ ਚੱਲ ਸਿੰਘਾਂ ਦੇ ਘਰ ਆਇਆ ਤਾਂ ਇਹਨਾਂ ਦਾ ਜਿਹੜਾ ਰਗੜਾ ਹੈ ਵੀ ਉਹ ਵੀ ਛੱਕ ਕੇ ਦੇਖੀਏ ਜੀ। ਅਤੇ ਬਾਬਾ ਜੀ, ਇਸ ਰਗੜੇ ਦਾ ਕੀ ਮਹੱਤਤਾ ਵੀ, ਕੀ ਇਹਦਾ ਕੀ ਜ਼ਰੂਰੀ ਕੀ ਹੈ ਵੀ? ਜ਼ਰੂਰੀ ਕੀ ਹੈ? ਕੋਈ ਮਾੜੀ ਚੀਜ਼ ਨਹੀਂ ਗੀ ਇਹ, ਤਾਂ ਬਦਾਮ ਆ ਜੀ। ਠੀਕ ਹੈ ਜੀ। ਖਾਸ ਕਰ ਡਰਾਈ ਫਰੂਟ ਜਿਹੜਾ ਵਾ ਉਹਨੂੰ ਰਗੜ ਕੇ ਇਹ ਜਿਹੜਾ ਜੂਸ ਤਿਆਰ ਕੀਤਾ ਜਾਂਦਾ। ਠੀਕ ਹੈ ਜੀ। ਹਾਂਜੀ, ਨੋ ਪੋਜਨ, ਓਨਲੀ ਡਰਾਈ ਜੂਸ। ਠੀਕ ਹੈ ਜੀ। ਵੀ ਜਿਵੇਂ ਅੱਜ ਕੱਲ੍ਹ ਹੈਵੀ ਖਾਣਾ ਖਾਈ ਜਾਂਦੇ ਜੀ ਲੋਕ, ਹੈ ਨਾ, ਵੀ ਉਹਦੇ ਨਾਲੋਂ ਮੈਂ ਸਮਝਦਾ ਵੀ ਇਹ ਤਰਲ ਪਦਾਰਥ ਕਿਤੇ ਜ਼ਿਆਦਾ ਗੁਣਕਾਰੀ ਆ, ਹੈ ਨਾ। ਜਿੰਨੇ ਵੀ ਨਸ਼ੇ ਆ ਉਹਨਾਂ ਨਸ਼ਿਆਂ ਦੇ ਵਿੱਚ ਇਹ ਨਸ਼ਾ ਨਹੀਂ। ਠੀਕ ਹੈ ਜੀ। ਠੀਕ ਹੈ, ਉਹ ਨਸ਼ਾ ਨਹੀਂ ਆਪਾਂ ਕਹਿ ਸਕਦੇ ਵੀ ਇਹ ਇੱਕ ਦੇਸੀ ਐਨਰਜੀ ਟੋਨਿਕ ਆ, ਜਿਹਨੇ ਸਰੀਰ ਦਾ ਸਰਕੂਲੇਸ਼ਨ ਸਿਸਟਮ ਹੈ ਉਹਨੂੰ ਅਪ ਕਰਨਾ, ਕਿਉਂ ਸਾਰੀਆਂ ਨੈਚੁਰਲ ਚੀਜ਼ਾਂ ਨੇ ਜੀ। ਬਿਲਕੁਲ ਜੀ। ਅਤੇ ਬਾਬਾ ਜੀ, ਇਸ ਟਾਈਮ ਆਪਣੇ ਦਲ ਦੇ ਵਿੱਚ ਕਿੰਨੇ ਜਾਨਵਰ ਆਈ ਕੁੱਲ? 50 ਜਾਨਵਰ ਨੇ। ਠੀਕ, ਉਹਦੇ ਵਿੱਚ ਕੀ ਨੇ ਜੀ? ਘੋੜੀਆਂ ਵੱਖਰੀਆਂ ਵਾ, 20 ਘੋੜੀਆਂ ਜੀ। ਅੱਛਾ ਜੀ, ਆਜੋ ਬਾਬਾ ਜੀ, ਆਪਾਂ ਚੱਲਦੇ ਤੁਰਦੇ ਫਿਰਦੇ ਗੱਲਬਾਤ ਕਰਦੇ ਹਾਂ ਜੀ। ਅੱਛਾ ਜੀ, 20 ਘੋੜੀਆਂ ਜੀ। ਹਾਂਜੀ। ਅਤੇ ਹੋਰ ਕੋਈ ਚੀਜ਼ ਜੀ? ਹੋਰ ਤੇ ਹਾਥੀ ਆ। ਅੱਛਾ, ਇੱਕ ਹਾਥੀ ਆ ਜੀ, ਮੱਝਾਂ ਦਾ ਤਬੇਲਾ ਬਹੁਤ ਵੱਡਾ। ਉਹ ਕਿਹੜੀ ਥਾਂ ਜੀ? ਉਹ ਸੁਰ ਸਿੰਘ ਆ ਜੀ, ਬਾਕੀ ਪੜਾਵਾਂ ਤੇ ਮੱਝਾਂ ਆ ਜੀ। ਠੀਕ ਹੈ, ਪੜਾਵ ਆ ਬਾਬਾ ਜੀ। ਇੱਧਰਲੀ ਸਾਈਡ ਜਿੰਨੇ ਆ ਗਏ ਇਹ ਸਾਰੇ ਘੋੜੇ ਆ ਗਏ? ਸਾਰੇ ਘੋੜੇ ਜੀ। ਠੀਕ ਹੈ ਜੀ। ਅਤੇ ਬਾਬਾ ਜੀ, ਜੇ ਮੈਂ ਆਮ ਦੇਖਿਆ ਗਾ ਵੀ ਆਮ ਨਾਲ ਉੱਥੇ ਘੋੜਾ ਸੀਗਾ ਥੋੜਾ ਨੋਕਰਾ, ਉਹਦਾ 68 ਇੰਚ ਕੱਦ ਸੀਗਾ, ਹੈ ਨਾ, ਵੀ ਆਮ ਨੋਕਰਾ ਘੋੜਾ ਇੰਨਾ ਕਿਸੇ ਬੰਦੇ ਕੋਲ ਉਹ ਨਹੀਂ ਹੁੰਦਾ। ਅਤੇ ਇਹਨਾਂ ਨੂੰ ਬਾਬਾ ਜੀ ਬੇਸਿਕ ਆਪਣੀ ਖੁਰਾਕ ਜਿਹੜੀ ਘੋੜਿਆਂ ਨੂੰ ਕੀ ਪਾਉਣੇ ਆ ਜੀ? ਠੀਕ ਹੈ ਜੀ। ਦੇਸੀ ਘਿਓ 'ਚ ਕੁੱਟ ਕੇ ਚੂਰੀ, ਦਾਣਾ, ਪੱਠਾ। ਠੀਕ ਹੈ ਜੀ। ਮਾਲਸ਼ਾਂ ਕਰੀ ਦੀਆਂ, ਦੋ ਦੋ ਤਿੰਨ ਤਿੰਨ ਵਾਰੀ ਇਹਨੂੰ ਮਾਲਸ਼ ਕਰੀ ਦੀ ਆ ਜੀ। ਠੀਕ ਹੈ ਜੀ। ਹਾਂਜੀ, ਪਾਣੀ ਪਾਲਾ ਢਾਈਦਾ। ਅਤੇ ਸਾਰੇ ਮਾਰਵਾੜੀ ਕੋਈ ਨੌਕਰੇ ਆ ਗਏ? ਅਤੇ ਬਾਬਾ ਜੀ, ਆਹ ਕਿਹੜਾ, ਇਹ ਚੰਬਾ? ਇਹ ਚੰਬੇ 'ਚ ਆ ਗਿਆ ਹੈ ਨਾ ਜੀ? ਇਹ ਚੰਬੇ 'ਚ? ਹਾਂ, ਇਹ ਚੰਬਿਆਂ 'ਚ ਆ ਗਿਆ, ਉਹ ਮਾਰਵਾੜੀ ਹੋ ਗਿਆ। ਹਾਂਜੀ। ਅਤੇ ਜਮਾਂ ਪਿਓਰ, ਅਤੇ ਪਿਛਲੇ ਦੋ ਪੈਰ ਕਾਲੇ ਨੇ ਮੇਰਾ, ਇੱਕ ਮੱਥੇ 'ਤੇ ਪਾਉਣਾ ਅਤੇ ਇੱਕ ਢੂਹੀ 'ਤੇ ਆ। ਅਤੇ ਸਾਡੇ ਵੀਰਾਂ ਨੂੰ ਉਹ ਵੀ ਦਿਖਾ ਦਈਏ।
ਤੇ ਇਹ ਵਾ ਬਈ ਜਦੋਂ ਸਿੰਘ ਸਫ਼ਰ ਕਰਦੇ ਹੁੰਦੇ ਆ ਹਨਾ ਵੀ ਵੱਧ ਤੋਂ ਵੱਧ ਆਪਾਂ ਕਿੰਨਾ ਲੰਬਾ ਸਫ਼ਰ ਕਰਦੇ ਹਾਂ ਜੀ ਇਹ ਤੇ ਮਤਲਬ ਜਦੋਂ ਜਾਂਦੇ ਆ 50 ਕਿਲੋਮੀਟਰ ਤੱਕ ਤੇ ਚੱਲ ਜਾਂਦੇ ਆ ਪੈਦਲ ਅੱਛਾ ਜੀ ਇਸ ਤੋਂ ਜ਼ਿਆਦਾ ਹੋਏ ਤੇ ਫਿਰ ਗੱਡੀਆਂ ਦਾ ਪ੍ਰੋਗਰਾਮ ਚੱਲਦਾ ਅੱਛਾ ਗੱਡੀਆਂ ਦੇ ਵਿੱਚ ਲੱਗਦੇ ਆ ਕਿਲੋਮੀਟਰ ਚੱਲ ਜਾਂਦੇ ਆ ਪੈਦਲ ਜੀ ਉਹ ਤਾਂ ਸਾਰੇ ਹਿੰਦੁਸਤਾਨ ਜਾਈਦਾ ਵਾ ਹਜ਼ੂਰ ਸਾਹਿਬ ਜਾਂਦੇ ਹਰ ਸਾਲ ਬੰਬੇ ਬੜੌਦੇ ਅਤੇ ਪਟਨੇ ਇਹ ਫਿਰ ਗੱਡੀਆਂ 'ਚ ਜਾਂਦੇ ਆ ਅੱਛਾ ਉਦੋਂ ਗੱਡੀਆਂ 'ਚ ਹੀ ਲੈ ਕੇ ਜਾਂਦੇ ਮਤਲਬ ਸਾਰਾ ਜਿੰਨਾ ਆਪਣਾ ਤਾਮ ਝਾਮ ਆ ਜੀ ਹਾਂਜੀ ਵੱਡਾ ਕੰਮ ਆ ਬਾਬਾ ਜੀ ਹਨਾ ਸਿੰਘਾਂ ਦਾ ਵੱਡਾ ਕੰਮ ਆ ਹਾਂਜੀ ਠੀਕ ਹੈ ਬਾਬਾ ਜੀ ਤੁਸੀਂ ਥੋੜ੍ਹਾ ਇਹਨਾਂ ਲਵੇ ਰਹਿ ਕੇ ਬੋਲੋ ਇਹਨਾਂ ਦੇ ਮੈਕ ਲੱਗਿਆ ਹੋਇਆ ਹੈਗਾ ਇਹਨਾਂ ਲਵੇ ਰਹਿ ਕੇ ਠੀਕ ਹੈ ਜੀ ਨਾ ਨਾ ਕੋਈ ਗੱਲ ਨਹੀਂ ਜੀ ਅਤੇ ਬਹੁਤ ਵਧੀਆ ਜੀ ਅਤੇ ਆ ਜਾਓ ਬਾਬਾ ਜੀ ਨਾਲ ਹੀ ਆਪਾਂ ਚੱਲਦੇ ਫਿਰਦੇ ਗੱਲਾਂ ਕਰ ਦਿਆਂਗੇ ਅਤੇ ਹੋਰ ਬਾਬਾ ਜੀ ਜਿਹੜਾ ਆਪਾਂ ਦੇਖੀਏ ਵੀ ਆਪਣੇ ਜਿਵੇਂ ਇੰਨੇ ਜਾਨਵਰ ਰੱਖੇ ਨੇ ਜੀ ਅਤੇ ਇੰਨੇ ਸਿੰਘ ਨੇਗੇ ਆਜੋ ਤੁਰੇ ਆਓ ਬਾਬਾ ਜੀ ਨਾਲ ਹੁੰਦੇ ਤੁਰੇ ਚੱਲੋ ਕੋਈ ਚੱਕਰ ਨਹੀਂ ਅਤੇ ਵੀ ਇਹ ਫਿਰ ਬਾਬਾ ਜੀ ਜਿਵੇਂ ਆਪਾਂ ਦੇਖੀਏ ਵੀ ਰਾਸ਼ਨ ਪਾਣੀ ਦੀ ਸੇਵਾ ਗੀ ਹੋਰ ਆ ਗਈ ਵੀ ਉਹ ਆਪਣੇ ਦਲ ਨੂੰ ਕਿੱਥੋਂ ਆਮਦਨ ਦਾ ਕੀ ਸਾਧਨ ਹੈ ਜੀ ਇਸ ਬਾਰੇ ਨਹੀਂ ਅਸੀਂ ਕਦੇ ਸੋਚਦੇ ਜੀ ਠੀਕ ਹੈ ਸਾਨੂੰ ਕੋਈ ਫਿਕਰ ਹੀ ਆ ਠੀਕ ਹੈ ਜੀ ਇਹ ਦਰਗਾਹੋਂ ਰਾਸ਼ਨ ਆਉਂਦਾ ਠੀਕ ਦਰਗਾਹੋਂ ਰਸਤਾ ਆਉਂਦੀਆਂ ਸਭ ਗੱਡੀਆਂ ਰਸਤਾ ਨਾਲ ਭਰੀਆਂ ਪਈਆਂ ਅੱਛਾ ਜੀ ਕੋਈ ਟੋਟ ਨਹੀਂ ਗੀ ਵੀ ਪਰਮਾਤਮਾ ਤੇ ਗੱਲ ਡੋਰੀ ਛੱਡੀ ਵੀ ਆਉਂਦੀ ਹੈ ਸਭ ਕੋਲ ਨਾ ਟੋਣਾ ਨਾ ਕੱਪੜੇ ਦੀ ਟੋਟ ਨਹੀਂ ਬਿਲਕੁਲ ਆਮ ਵੀ ਛੋਟੇ ਜਾਨਵਰ ਵਰਤਨ ਦੀ ਟੋਟ ਆ ਹਾਂਜੀ ਕਿਸੇ ਚੀਜ਼ ਦੀ ਕਮੀ ਨਹੀਂ ਗੁਰਨਾਮ ਸਾਹਿਬ ਦਾ ਘਰ ਇਹੋ ਜਿਹਾ ਜੀ ਬਿਲਕੁਲ ਜੀ ਇਹ ਦਰਗਾਹੋਂ ਰਸਤਾ ਭੇਜਦਾ ਦਰਗਾਹੋਂ ਵੀ ਉਹਨਾਂ ਦਾ ਹੀਲਾ ਹੋਇਆ ਪਿਆ ਹੁੰਦਾ ਨਹੀਂ ਠੀਕ ਹੈ ਜੀ ਬਾਬਾ ਜੀ ਮੇਰੇ ਨਾ ਮਨ ਦੇ ਵਿੱਚ ਬਹੁਤ ਟਾਈਮ ਦੀ ਗੱਲ ਸੀਗੀ ਮਹਾਂ ਵੀ ਚੱਲ ਜਿਤਨੀ ਕਿਤੇ ਮੇਲ ਹੋਇਆ ਵੀ ਪਤਾ ਕਰਾਂਗੇ ਅਤੇ ਪਹਿਲਾਂ ਮੈਨੂੰ ਇੱਦਾਂ ਸੀਗਾ ਵੀ ਕੋਈ ਜ਼ਮੀਨ ਹੁੰਦੀ ਹੋਣੀ ਆ ਵੀ ਜਾਂ ਕੋਈ ਜ਼ਮੀਨ ਜਾਇਦਾਦ ਜਿਵੇਂ ਆਪਾਂ ਕਹਿ ਦਈਏ ਚੱਕਰਵਰਤੀ ਠੀਕ ਹੈ ਜੀ ਚੱਕਰਵਰਤੀ ਬਿਲਕੁਲ ਤੁਰਦੇ ਫਿਰਦੇ ਜੀ ਬਾਬਾ ਜੀ ਵੱਧ ਤੋਂ ਵੱਧ ਆਪਾਂ ਇੱਕ ਜਗ੍ਹਾ 'ਤੇ ਜਿਵੇਂ ਸਿੰਘ ਨੇ ਜੀ ਵੀ ਉਹ ਕਿੰਨਾ ਸਮਾਂ ਠਹਿਰਦੇ ਆ ਜੀ ਕਿਤੇ ਇੱਕ ਰਾਤ ਠਹਿਰੀਦਾ ਕਿਤੇ ਦੋ ਰਾਤਾਂ ਲੱਗ ਜਾਂਦੀਆਂ ਤਿੰਨ ਰਾਤਾਂ ਲੱਗ ਜਾਂਦੀਆਂ ਇਹ ਤਾਂ ਮੌਕੇ ਦੀ ਗੱਲ ਹੈ ਕਿਤੇ ਘੰਟਾ ਘੰਟਾ ਜੀ ਕਿਹਨੂੰ ਘੰਟਾ ਟਾਈਮ ਮਿਲਦਾ ਅੱਛਾ ਜੀ ਕਈਆਂ ਨੂੰ ਦੋ ਦੋ ਚਾਰ ਸਾਲ ਹੋ ਗਏ ਉਹਨਾਂ ਨੂੰ ਟਾਈਮ ਹੀ ਨਹੀਂ ਮਿਲਦਾ ਅੱਛਾ ਜੀ ਸਾਨੂੰ ਡੱਕਣ ਵਾਸਤੇ ਠੀਕ ਹੈ ਜੀ ਹਾਂਜੀ ਹੁਣ ਯੂਪੀ ਆਰ ਕੇ ਜਾਣਾ ਪਿਛਲੇ ਸਾਲ ਨਹੀਂ ਗਏ ਪਾਲੀ ਸਾਹਿਬ ਦੱਸ ਯੂਪੀ ਕਿਹੜੀ ਸਾਲ ਥਾਂ ਤੇ ਬਾਬਾ ਜੀ ਯੂਪੀ ਸਾਰੀ ਯੂਪੀ 'ਚ ਸਾਰੀ ਯੂਪੀ ਜੀ ਉੱਥੇ ਨਾ ਕੋਈ ਰੋਕ ਸਕੇ ਸਿੰਘਾਂ ਨੂੰ ਵੀ ਕਿਤੇ ਮਰਜ਼ੀ ਡੇਰੇ ਲਾ ਦੇ ਸੰਗਤ ਸਾਦੀ ਆ ਜੀ ਸਿੱਧੇ ਥੋੜ੍ਹਾ ਜਾਂਦੇ ਅਸੀਂ ਠੀਕ ਹੈ ਜੀ ਤਮਸਾ ਵੀ ਇਹਨਾਂ ਨੂੰ ਤੇ ਦੋ ਦੋ ਚਾਰ ਚਾਰ ਸਾਲ ਕਈਆਂ ਨੂੰ ਟਾਈਮ ਹੀ ਨਹੀਂ ਮਿਲਦਾ ਅਸਰ ਟਾਈਮ ਹੀ ਨਹੀਂ ਮਿਲਦਾ ਜੀ ਵੀ ਸੰਗਤ ਸਾਦੀ ਹੈਗੀ ਠੀਕ ਹੈ ਜੀ ਲੇਟ ਲਿਖੀ ਦੀ ਲੇਟ ਸਾਨੂੰ ਤੁਰ ਜਾਈਦਾ ਅਸਰ ਤਰੀਕ ਲਿਖ ਲੈਂਦੇ ਜੀ ਵੱਡਾ ਕੰਮ ਆ ਹਨਾ ਜੀ ਬਿਲਕੁਲ ਜੀ ਅਤੇ ਉੱਥੇ ਫਿਰ ਜਿਵੇਂ ਐਂ ਜਾਨਵਰ ਬੰਨੇ ਆ ਜੀ ਹਰੇ ਹਨਾ ਅਤੇ ਇੱਦਾਂ ਹੀ ਤਾਮ ਝਾਮ ਹੋ ਜਾਂਦਾ ਨਹੀਂ ਬਾਬਾ ਜੀ ਮੈਂ ਨਾ ਆਪਦੇ ਆਪ ਨੂੰ ਅੱਜ ਐਂ ਸਮਝਦਾ ਵੀ ਅੱਜ ਪਰਮਾਤਮਾ ਨੇ ਵੀ ਵਧੀਆ ਜਿਵੇਂ ਆਪਾਂ ਕਹਿ ਦਈਏ ਵੀ ਧੰਨ ਕਰਨ ਵਾਲਾ ਕੰਮ ਹੋ ਗਿਆ ਜੀ ਵੀ ਮੈਂ ਤੁਹਾਡੇ ਦਰਸ਼ਨ ਕਰ ਲਏ ਜੀ ਨਹੀਂ ਮੈਨੂੰ ਇੰਨਾ ਬਰੀਕੀ 'ਚ ਨਹੀਂ ਸੀ ਪਤਾ ਬਾਬਾ ਜੀ ਚੀਜ਼ ਬਾਰੇ ਪਰਮੇਸ਼ਰ ਕਰਾਉਣ ਵਾਲਾ ਦਰਸ਼ਨ ਬਿਲਕੁਲ ਜੀ ਬਿਲਕੁਲ ਵੀ ਪਰਮਾਤਮਾ ਜੀ ਜਿਹੜੇ ਉਹਨੇ ਹੋ ਗਏ ਅਤੇ ਇਹ ਜਿਹੜੇ ਘੋੜੇ ਨੇ ਬਾਬਾ ਜੀ ਇਹ ਵੀ ਫਿਰ ਘੋੜੇ ਘੋੜੀਆਂ ਸਿੰਘਾਂ ਵੱਲੋਂ ਆ ਜਾਂਦੇ ਆ ਇੱਕ ਨਾ ਮੈਂ ਗੱਲ ਸੁਣੀ ਸੀ ਬਾਬਾ ਜੀ ਇਸ ਤੋਂ ਬਾਕੀ ਤੁਸੀਂ ਵੀ ਦੱਸਿਓ ਕਹਿੰਦੇ ਵੀ ਜਦੋਂ ਪਹਿਲੀ ਘੋੜੀ ਸੁਣਦੀ ਹੈ ਘੋੜੀ ਪਹਿਲੀ ਵਾਰ ਕਹਿੰਦੇ ਵੀ ਉਹ ਵੀ ਐਂ ਕਰਕੇ ਵੀ ਜਿਵੇਂ ਤੁਹਾਡਾ ਖਾਲਸਾ ਦਾਲਾ ਖਾਲਸਾ ਜਿਹਦੀ ਇੱਛਾ ਵਾ ਇੱਛਾ ਮੁਤਾਬਕ ਠੀਕ ਹੈ ਜੀ ਹੁਣ ਸਾਰੇ ਘੋੜੀਆਂ ਸੁਣਦੀਆਂ ਸਾਨੂੰ ਵਛੇਰੇ ਦਿੰਦੀਆਂ ਕਿਤੇ ਠੀਕ ਹੈ ਘੋੜੇ ਦਿੰਦੇ ਠੀਕ ਹੈ ਨਹੀਂ ਇਹ ਤਾਂ ਜਿਹਦੀ ਇੱਛਾ ਵਾ ਉਹਨਾਂ ਕਈਆਂ ਨੇ ਘੋੜੀਆਂ ਸਾਡੇ ਕੋਲ ਖੜੀਆਂ ਉਹ ਘੋੜੀਆਂ ਘਰ ਸਾਂਭਦੇ ਆ ਅੱਛਾ ਜੀ ਘੋੜੀਆਂ ਸਾਂਭ ਕੇ ਰਾਜੀ ਕਰਕੇ ਸੂਏ ਪਾ ਕੇ ਬੱਚੇ ਲੈ ਕੇ ਫਿਰ ਬੱਚੇ ਦੇ ਕੇ ਜਾਂਦੇ ਆ ਅੱਛਾ ਜੀ ਆਪੋ ਆਪਣੀ ਇੱਛਾ ਵਾ ਜਿੰਨੀ ਸਰਦਾ 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 ਹਨਾ ਸਰਦਾ ਵਛੇਰੇ ਚੜਾਇਦਾ ਵਾ ਕੋਈ ਪਾਲਣ ਲਾ ਜਾਂਦਾ ਵਾ ਅੱਛਾ ਜੀ ਕੋਈ ਤੰਬੂਆਂ ਦੀ ਸੇਵਾ ਕਰ ਜਾਂਦਾ ਕੋਈ ਕਛਹਿਰਿਆਂ ਦੀ ਸੇਵਾ ਕਰ ਜਾਂਦਾ ਕੋਈ ਚੋਲਿਆਂ ਦੀ ਸੇਵਾ ਕਰ ਜਾਂਦਾ ਕੋਈ ਦਾਣੇ ਦੀ ਸੇਵਾ ਕਰਦਾ ਵੈਸੇ ਇੱਥੇ ਆਪਣਾ ਟਿਕਾਣਾ ਪੱਕਾ ਜੀ ਨਹੀਂ ਜੀ ਇਹ ਪੜਾਵ ਆ ਜੀ ਮੇਲਾ ਬਣਾਉਣ ਆਏ ਆ ਅਸੇ ਪੜਾਗ ਆ ਜੀ ਤੇ ਉਦੋਂ ਬਾਅਦ ਬਾਬਾ ਜੀ ਫਿਰ ਇੱਥੇ ਕਿ ਸਿੰਘ ਰਹਿੰਦੇ ਹੈਗੇ ਇੱਥੇ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਵਰੋਂ ਸਾਈ ਹੋਈ ਬਾਬਾ ਬਿਧ ਚੰਦ ਸਾਹਿਬ ਜੀ ਦੀ ਜਥੇਬੰਦੀ ਨੇ ਇੱਥੇ ਖੋਲਿਆ ਵਾ ਵਿਦਿਆਲਾ ਠੀਕ ਹੈ ਜੀ ਇੱਥੇ ਬੱਚਿਆਂ ਨੂੰ ਸਿੱਖਿਆ ਮਿਲਦੀ ਆ ਠੀਕ ਹੈ ਜੀ ਇੱਥੇ ਨਗਰ ਕੀਰਤਨ ਸਿੱਖਦੇ ਆ ਕਵੀਸ਼ਰ ਢਾਡੀ ਇੱਥੋਂ ਤਿਆਰ ਹੁੰਦੇ ਆ ਜਿਹੜੇ ਵਿਦੇਸ਼ਾਂ 'ਚ ਜਾਂਦੇ ਆ ਠੀਕ ਹੈ ਜੀ ਹਾਂਜੀ ਬਿਲਕੁਲ ਜੀ ਹਾਂਜੀ ਸੋ ਬਹੁਤ ਵਧੀਆ ਬਾਬਾ ਜੀ ਜਗ੍ਹਾ 'ਤੇ ਖੋਲੇ ਆ ਅਤੇ ਬਾਬਾ ਜੀ ਜੇ ਮੰਨ ਕੇ ਚੱਲੋ ਵੀ ਜਿਵੇਂ ਆਪਾਂ ਦੇਖ ਕਹੀਏ ਵੀ ਕਿਸੇ ਬੱਚੇ ਨੇ ਇੱਥੇ ਐਡਮਿਸ਼ਨ ਲੈਣੀ ਹੋਵੇ ਜੀ ਹਾਂਜੀ ਸਿੱਖਿਆ ਲੈਣੀ ਹੋਵੇ ਹਾਂਜੀ ਫ੍ਰੀ ਫ੍ਰੀ ਅੱਛਾ ਉਹਦੇ ਲਈ ਪਹਿਲਾਂ ਜ਼ਰੂਰੀ ਕੀ ਆ ਜੀ ਕੋਈ ਜ਼ਰੂਰੀ ਨਹੀਂ ਗਾ ਬੱਚਾ ਦੇ ਜਾਓ ਫ੍ਰੀ ਕੋਈ ਖਰਚਾ ਨਹੀਂ ਅੱਛਾ ਕੋਈ ਖਰਚਾ ਨਹੀਂ ਕੋਈ ਖਰਚਾ ਨਹੀਂ ਠੀਕ ਹੈ ਤੇ ਇੱਥੇ ਸਾਰੇ ਮੰਨ ਲਓ ਜਿੱਥੇ ਇੱਥੇ ਬੰਨੇ ਪਿਆ ਇੱਥੇ ਇੱਥੇ ਇਹਨਾਂ ਦਾ ਖਾਣਾ ਅੱਛਾ ਜੀ ਸਵੇਰੇ ਚੱਲਦਾ ਜੀ ਫਿਰ ਚੱਲਦਾ ਸਵੇਰੇ ਫਿਰ ਫੌਜਾਂ ਨੇ ਕਿੱਧਰ ਵਹੀਰਾ ਕੱਤਣਾ ਜੀ ਮਾਝਾ ਜੀ ਮਾਨਸਰੇ ਵਾਲੀ
ਮਾਝੇ ਚ ਠੀਕ ਹੈ ਮਖੂ ਲਾਗੇ ਅਸੀਂ ਮਖੂ ਲਾਗੇ ਠੀਕ ਹੈ ਜੀ ਬਹੁਤ ਵਧੀਆ ਜੀ ਅਤੇ ਹੋਰ ਬਾਬਾ ਜੀ ਕੋਈ ਤੁਸੀਂ ਆਪਦੇ ਵੱਲੋਂ ਕੋਈ ਸੰਗਤ ਨੂੰ ਸੁਨੇਹਾ ਦੇਣਾ ਚਾਹੁੰਦੇ ਹੋ ਬਾਈ ਕੋਈ ਆਪਦੇ ਵੱਲੋਂ ਸੰਗਤ ਨੂੰ ਇਹੋ ਸੁਨੇਹਾ ਹੀ ਹਾਂ ਵੀ ਨਸ਼ਿਆਂ ਤੋਂ ਬਚੋ ਨਾਮ ਜਪੋ ਵੰਡ ਛਕੋ ਬਿਲਕੁਲ ਜੀ ਅਤੇ ਬਾਬਾ ਜੀ ਘੋੜਾ ਮੰਨ ਕੇ ਚੱਲੋ ਵੀ ਆਪਾਂ ਸੇਲ ਤਾਂ ਕਰਦੇ ਨਹੀਂ ਹੋਣੇ ਹੈ ਨਾ ਜੀ ਕੀ ਕਰ ਦਿੰਦੇ ਹਾਂ ਵੀ ਕਈ ਵਾਰ ਕਿਸੇ ਦੇ ਪਸੰਦ ਆ ਜੀ ਨਹੀਂ ਸੇਲ ਨਹੀਂ ਕਰਦੇ ਜੀ ਠੀਕ ਹੈ ਜੀ ਸਵਾਰੀ ਫਿਰ ਬਾਬਾ ਜੀ ਸਾਰਿਆਂ ਦੀ ਕਰਦੇ ਆ ਸਵਾਰੀ ਸਾਰੇ ਕਰਦੇ ਜੀ ਇਹ ਘੋੜਾ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਗੱਦੀ ਵਾਲਾ ਹਾਂਜੀ ਇਸ ਤਰ੍ਹਾਂ ਕਰਕੇ ਉਹਨਾਂ ਘੋੜਿਆਂ ਤੇ ਨਹੀਂ ਸਵਾਰੀ ਕਰੀ ਦੀ ਅੱਛਾ ਉਹ ਹੈਗੀ ਉਰੇ ਜੀ ਆਪਣੇ ਕੋਲੇ ਹਾਂਜੀ ਅੱਛਾ ਉਹ ਜਿਹੜੇ ਉੱਥੇ ਗਏ ਵੇ ਜੀ ਉਹਨਾਂ ਦੀ ਮੈਂ ਵੀਡੀਓ ਬਣਾਈ ਸੀ ਚਲੋ ਠੀਕ ਹੈ ਮੈਂ ਵਿੱਚ ਪਾ ਦੂੰਗਾ ਜੀ ਉਹ ਦੋ ਘੋੜੇ ਨੇ ਜੀ ਇੱਕ ਤਾਂ ਨੁਕਰਾ ਹੈਗਾ ਇੱਕ ਚੀਨਾ ਜੀ ਹਾਂ ਚੀਨਾ ਹਾਂ 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 ਨੁਕਰਾ ਵੱਡਾ ਜੀ ਉਹ ਮੈਨੂੰ ਇੱਧਰ ਆ ਜਾ ਸਿੰਘ ਨੇ ਦੱਸਿਆ ਸੀਗਾ ਜੀ ਅਤੇ ਮੈਂ ਤੁਹਾਨੂੰ ਵੀਡੀਓ ਵੀ ਦਿਖਾਊਂ ਇੱਥੇ ਮੇਰੇ ਕੋਲ ਸ਼ਾਇਦ ਪਈ ਹੋਵੇ ਅੱਛਾ ਜੀ ਬਾਬਾ ਅਵਤਾਰ ਸਿੰਘ ਜੀ ਆਪ ਜਿਹੜੇ ਤੇ ਚੜਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਸ ਸਵੇਰੇ ਫਿਰ ਫੌਜਾਂ ਦੀ ਇੱਥੋਂ ਤਿਆਰੀ ਆ ਜੀ ਚੱਲੇ ਠੀਕ ਹੈ ਅਤੇ ਬਾਬਾ ਜੀ ਉਦੋਂ ਚੱਲਣ ਵੇਲੇ ਫਿਰ ਆਪਣਾ ਵੀ ਕਿੰਨੇ ਟਾਈਮ ਦਾ ਹੁੰਦਾ ਵੀ ਕਿੱਥੇ ਜਾ ਕੇ ਕੋਈ ਟਾਈਮ ਨਹੀਂ ਸਾਡਾ ਜੀ ਕਿੱਥੇ ਜਾ ਕੇ ਪੜਾ ਪਾਉਣਾ ਜਾਂ ਕੀ ਪਾਉਣਾ ਕੋਈ ਟਾਈਮ ਨਹੀਂ